ਕੱਲ ਸਾਨੂੰ ਸ਼ਾਮ ਨੂੰ ਸਿਵਲ ਹਸਪਤਾਲ ਤਿਸੂਆ ਤੋਂ ਇੱਕ ਮੈਸੇਜ ਆਇਆ ਸੀ ਕਿ ਕਰਵੀਰ ਸਿੰਘ ਲਈ ਸੋਢੀ ਵਾਸੀ ਨੇਕਨਾਮਾ ਜਿਹੜੇ ਆ ਉਹ ਬਰਾਡ ਹੋਸਪਿਟਲ 'ਚ ਆਇਆ, ਜਿਸ 'ਤੇ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਗਿਆ ਅਤੇ ਜਿੱਥੇ ਜੋ ਹਾਲਾਤ ਦੇਖੇ ਅਤੇ ਉੱਥੇ ਉਹਦਾ ਮਰਨ ਵਾਲਾ ਕੁਲਵੀਰ ਸਿੰਘ ਦਾ ਬ੍ਰਦਰ ਹਰਦੀਪ ਸਿੰਘ ਸਾਨੂੰ ਪਿਆਰਾ ਸਿੰਘ ਵਾਸੀ ਨੇਕਨਾਮਾ ਮਿਲਿਆ, ਜਿਹਨੇ ਦੱਸਿਆ ਕਿ ਇਹ ਜਿਹੜਾ ਕੁਲਵਿੰਦਰ ਸਿੰਘ ਹੈਗਾ ਇਹਦੇ ਪਾਸ ਕੁਲਵੀਰ ਸਿੰਘ ਪਾਸ ਜਿਹੜੀ ਕੁਲਵਿੰਦਰ ਸਿੰਘ ਵਾਸੀ ਤਿਆੜਾ ਦੀ ਪਤਨੀ ਜਿਹੜੀ ਆ ਉਹ ਰਹਿੰਦੀ ਸੀ ਅਤੇ ਬੱਚਿਆਂ ਦੀ ਦੇਖਭਾਲ ਲਈ ਉਹਦੇ ਕੋਲ ਕੰਮ ਵਗੈਰਾ ਕਰਦੀ ਸੀ। ਬਟ ਜਿਹੜਾ ਕੁਲਵਿੰਦਰ ਸਿੰਘ ਹੈਗਾ ਤਿਆੜੇ ਵਾਲਾ ਉਹ ਥੋੜ੍ਹਾ ਜਿਹਾ ਇਹ 'ਤੇ ਸ਼ੱਕ ਕਰਦਾ ਸੀ ਆਪਣੇ ਕੁਲਵੀਰ ਸਿੰਘ ਅਤੇ ਆਪਣੀ ਪਤਨੀ ਦੇ ਵੀ ਇਹਨਾਂ ਦੇ ਕੋਈ ਗਲਤ ਸੰਬੰਧ ਨੇ, ਜਿਸ ਕਰਕੇ ਉਹ ਇਹਨਾਂ ਦੇ ਮਨ ਦੇ ਵਿੱਚ ਰੰਜਿਸ਼ ਰੱਖਦਾ ਸੀਗਾ ਅਤੇ ਪਹਿਲਾਂ ਵੀ ਇਹਨਾਂ ਦੀ ਥੋੜ੍ਹੀ ਬਹੁਤੀ ਇਹਨਾਂ ਦੀ ਖਿੱਚੋਤਾਣ ਚੱਲਦੀ ਰਹੀ ਸੀ ਅਤੇ ਜਿਸ ਦੇ ਤਹਿਤ ਹੀ ਕੱਲ੍ਹ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਕੁਲਵੀਰ ਸਿੰਘ ਉੱਧਰ ਗਿਆ ਅਤੇ ਇਹਨਾਂ ਨੇ ਰਸਤੇ ਵਿੱਚ ਉਹਦੀ ਗੱਡੀ ਰੋਕ ਕੇ ਤਿਆੜਾ ਠੇਕੇ ਦੇ ਕੋਲ ਅਤੇ ਉਹਦੇ ਉੱਤੇ ਅਟੈਕ ਕੀਤਾ ਅਤੇ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਦੇ ਉੱਤੇ ਜਿਹੜੇ ਸੱਟਾਂ ਮਾਰੀਆਂ ਜਿਹਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ। ਮਾਮਲਾ ਜਿਹੜਾ ਇਹਦੇ ਬਿਆਨ ਦੇ ਆਧਾਰ ਦੇ ਉੱਪਰ 302 142 149 427 ਐਫ ਪੀ ਸੀ ਦਾ ਦਰਜ ਕੀਤਾ ਗਿਆ ਅਤੇ 22 ਨੇਮ ਤਾਂ ਇੱਕੋ ਲਿਖਾਇਆ ਜੀ, ਬਾਕੀ ਇਹਨਾਂ ਦੇ 5-6 ਸਾਥੀ ਹੋਰ ਆ ਅਤੇ ਜੋ ਆਪਾਂ ਜਲਦ ਤੋਂ ਜਲਦ ਟਰੇਸ ਕਰਕੇ ਸਾਰੇ ਗ੍ਰਿਫਤਾਰ ਕਰਾਂਗੇ। ਸਰ ਰੰਜਿਸ਼ ਸੀਗੀ ਕਿ ਪਹਿਲਾਂ ਇੱਕ 4-5 ਦਿਨ ਹੋਏ ਪਹਿਲਾਂ ਵੀ ਘਰ ਆ ਕੇ ਮੁੰਡੇ ਪਏ ਮੋਟਰਸਾਈਕਲਾਂ ਦੇ ਦਫ਼ਤਰ ਹਥਿਆਰ ਫੜੇ ਸੀਗੇ, ਅਸੀਂ ਵੀ ਉੱਥੇ ਸੀਗੇ, ਚਲ ਬਚਾਅ ਹੋ ਗਿਆ, ਇੱਕ ਗੱਡੀ ਘਰ ਵੜ ਕੇ ਬਚਾਅ ਹੋ ਗਿਆ। ਉਸ ਤੋਂ ਬਾਅਦ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ, ਜਿਹੜੇ ਜਿਹੜੇ ਬੰਦੇ ਸੀਗੇ ਸਾਨੂੰ ਤਾਂ ਪਤਾ ਨਹੀਂ ਕਿਹੜੇ ਬੰਦੇ ਸੀਗੇ, ਅਤੇ ਇੱਕ ਜਨਾਨੀ ਹੈ ਘਰ ਆਈ ਹੈ ਅਤੇ ਕੋਈ ਬੰਦਾ ਸੀਗਾ ਉਹਦੀ ਜਨਾਨੀ ਹੈ ਘਰ ਆਈ ਹੈ, ਉਹ ਉਹਦੇ ਘਰ ਵਾਲਾ ਹੈ, ਉਹ ਹੁਣ ਕੱਲ੍ਹ ਗੱਡੀ ਲੈ ਕੇ ਗਏ ਤਾਂ ਇਹ ਰਸਤੇ 'ਚ ਉਹਨਾਂ ਨੇ ਇਕੱਠੇ ਹੋ ਕੇ ਘੇਰ ਲਿਆ, ਜੋ ਵੀ ਸਜ਼ਾ ਬਣਦੀ ਹੈ ਜਿਹੜੇ ਬੰਦੇ ਜਿਹਨਾਂ ਬੰਦਿਆਂ ਨੇ ਕੰਮ ਕੀਤਾ ਉਹਨਾਂ ਬੰਦਿਆਂ ਨਾਲ ਦੀ ਸਜ਼ਾ ਮਿਲਣੀ ਚਾਹੀਦੀ।